वाहिगुरु जी का खालसा वाहिगुरु जी की फतेह। मेरा सुझाव पहला कि हुण जिहड़ी गलबात जो भाई साहब करनगे ते इधर भाई कुलबीर सिंह अपने सिंघां वल्लों करनगे, जिन्हें भी कोई इन्हां नूं भाई साहब नूं तुहाडे वल्लों सुझाव देना जां पॉइंट देना तुसीं लिख के दे दिओ उहनां नूं। असीं साडे वल्लों इस तरह होएगा, असीं लिख के भाई कुलबीर सिंह देवांगे ते आम जिहड़ी गलबात होणगी इह दोनों सिंघां दे दौरान होएगी। ठीक है, ठीक है, अपना फोन वाइब्रेट करवा दिओ। हांजी, ते दूजी गल इह है कि अपने दो घंटे दी इह हैगी, जे आपां एक घंटे इक विशा ना मुक्या आपां तो स्विच ऑन करके दूजे विशे जिहड़ा गलबात मेरी होई सी इस विशे ते, क्योंकि पहला अपने काफी विचार हो चुके भी इहदे वास्ते रख लई अद्धा घंटा, ते जिहड़ा करामात वाला कहिंदे सी उहदे वास्ते घंटा बाद च रख लईए, अद्धा घंटा जे बचूगा जनरल विचारां कर लांगे, क्यों पहले तो काफ़ी हो चुके हैं। और जिन्हें कोई सहमत ना भी हो अपना धक्का किसी दे नहीं है, वो तो आपको अपनी इच्छा के मुताबिक गुरबाणी में बाकी लोग भी तो अब डोड तरीके मनते जा रहे हैं। असं जिन्ना इन्होंने किसी संगत जिन्ना पॉइंट कोई ठीक नहीं लगे उन्होंने बारे तो पूछना, ये नहीं कोई करनी बी मैं इस विषय से बोल रहा है वो बोल रहा है जो कुलबीर सिंह कहे जी आप जी कहो भी ऐसे है विषय यह विषय तो नहीं बोलना जो पॉइंट थोड़े गलत लगे आ संगत को भी तुम आ गलत आप किताबा लिखे आ उन्होंने बारे तो कुछ क्लैरिफिकेशन लेनी है। एक तो वीर जी क्लैरिफिकेशन है जनरल तौर पर, एक है जरा सारा टॉपिक चलिया है जानी कि सिंह कुछ रोस प्रगट हो टकसाल संबंधित गलों का, कि मैं जड़े टकसाल ने लिखे ने अपन किताबों च पॉइंट मैनू भी वो उठाने की इजाजत होगी जिहड़े कि गुरमतों उल्ट लिखे हुए मैनू प्रतीत हुए ने। मैं लगभग 465 वो लिख के अपनी किताबों दिते ने जिहड़े कि गुरु साहिबान की व्यक्ति की तो बहुत छोटी गल है, गुरु साहिबान की तौहीन करने वाले पॉइंट ने, मैनू भी वो गल करन दी इजाजत होगी ना। बेनती करदी पैसा जी इस बार इदां आ वी जिस तरह आप जी ने एक चीज लिख के संगत पेश की है, ਹੁਣ ਉਹ ਜੋ ਤੁਸੀਂ ਪੇਸ਼ ਕੀਤਾ ਸੰਗਤ ਵਿੱਚ ਤੁਸੀਂ ਤਾਂ ਪੇਸ਼ ਕਰ ਚੁੱਕੇ ਹੋ ਟਕਸਾਲ ਵਿੱਚ ਤੁਸੀਂ ਲਿਖਣਾ ਤੁਸੀਂ ਲਿਖ ਚੁੱਕੇ ਹੋ ਉਹਦੇ ਤੇ ਪੁਆਇੰਟ ਉਹਦੇ ਨੁਕਤਾ ਉਠਾ ਨਹੀਂ ਰਿਹਾ ਕੋਈ ਬੇਨਤੀ ਸੁਣਾਣਾ ਤੁਸੀਂ ਜਿਹੜਾ ਸੰਗਤ ਉਹ ਗੱਲ ਪੇਸ਼ ਕਰ ਚੁੱਕੇ ਹੋ ਹਾਂਜੀ ਹੁਣ ਸੰਗਤ ਉਹਦੇ ਉਸ ਜੋ ਤੁਸੀਂ ਪੇਸ਼ ਕੀਤਾ ਉਹਦੇ ਜੋ ਜੋ ਇਤਰਾਜ਼ ਉਹ ਗੱਲਾਂ ਲੱਗ ਰਹੀਆਂ ਨੇ ਜਿਹੜੇ ਆਰਡਰ 'ਚ ਲੱਗਦਾ ਤੁਸੀਂ ਦਸ ਵਾਸਤੇ ਟਕਸਾਲ ਦਾ ਮਸਲਾ ਛੋਟਾ ਮਸਲਾ ਆ ਟਕਸਾਲ ਪੰਨ ਦਾ ਹਿੱਸਾ ਆ ਅਤੇ ਇਸ ਕਰਕੇ ਇਹਦਾ ਮਸਲਾ ਐਡਾ ਵੱਡਾ ਮਸਲਾ ਜਿਹੜਾ ਸਭ ਤੋਂ ਵੱਡਾ ਮਸਲਾ ਆ ਉਹ ਸਿੱਖੀ ਦਾ ਮਸਲਾ ਹੈ ਸਿੱਖੀ ਦੇ ਵਿਸ਼ਵਾਸ ਦਾ ਮਸਲਾ ਸਿੱਖੀ ਦੀ ਜਿਹੜੀ ਰੂਹ ਆ ਜੋ ਅਸੀਂ ਪ੍ਰਤੀਤ ਕਰਦੇ ਹਾਂ ਕਿ ਨਾਮ ਸਿਮਰਨ ਇਹ ਸਿੱਖੀ ਸਾਡੇ ਹਿਸਾਬ ਨਾਲ ਰੂਹ ਆ ਜੇ ਜਿਵੇਂ ਅਸੀਂ ਸਰੀਰ ਵਿੱਚ ਰੂਹ ਨਾ ਰਹੇ ਤਾਂ ਸਰੀਰ ਦਾ ਕੋਈ ਅਹਿਮੀਅਤ ਨਹੀਂ ਹੈਗੀ ਇਸੇ ਤਰ੍ਹਾਂ ਸਾਡਾ ਇਹ ਮਤ ਆ ਵੀ ਜੇ ਸਿੱਖੀ ਵਿੱਚ ਨਾਮ ਸਿਮਰਨ ਦਾ ਕੋਨਸੈਪਟ ਕੱਢ ਦਿੱਤਾ ਜਾਵੇ ਤਾਂ ਸਿੱਖੀ 'ਚ ਕੁਛ ਨਹੀਂ ਹੈਗਾ ਹੋਰ ਸੋ ਸਭ ਤੋਂ ਜਿਹੜਾ ਜ਼ਰੂਰੀ ਮਸਲਾ ਸਾਡੇ ਵਾਸਤੇ ਇਹ ਆ ਸਿੱਖੀ ਦਾ ਮਸਲਾ ਹੈਗਾ ਉਹ ਨਾਮ ਸਿਮਰਨ ਦਾ ਮਸਲਾ ਤੁਹਾਡੇ ਵੱਲੋਂ ਮੇਰਾ ਇਹਦੇ ਬਾਰੇ ਦੇਖੋ ਪੈਸਾ ਜੀ ਆਪਾਂ ਵਿਚਾਰ ਕਰਨੀ ਆਪਾਂ ਗੁਰਬਾਣੀ ਵਿਆਕਰਨ ਹਿਸਾਬ ਨਾਲ ਵਿਚਾਰ ਕਰਨੀ ਤੁਸੀਂ ਪੰਕਤੀਆਂ 25-30 ਪੰਕਤੀਆਂ ਪੇਸ਼ ਕੀਤੀਆਂ ਗੁਰਗ੍ਰੰਥ ਦੇ ਵੇਲੇ ਕੋਲ ਲੇਖ ਵਿੱਚ ਉਹਨਾਂ ਪੰਕਤੀਆਂ ਬਾਰੇ ਵਿਚਾਰ ਕਰ ਲਾਂਗੇ ਆਪਾਂ ਤੁਸੀਂ ਆਪ ਜੀ ਪ੍ਰੋਫੈਸਰ ਸਾਹਿਬ ਸਿੰਘ ਨੂੰ ਮੰਨਦੇ ਹੋ ਅਸੀਂ ਮੰਨਦੇ ਹਾਂ ਵੀ ਇਹ ਐਸੇ ਧੁਰੰਦਰ ਵਿਦਵਾਨ ਸੀਗੇ ਉਹਨੀ ਗੁਰਬਾਣੀ ਵਿਆਕਰਨ ਦਿੱਤੀ ਆ ਅੱਜ ਤੋਂ 100 ਸਾਲ ਪਹਿਲਾਂ ਜਦੋਂ ਗੁਰਬਾਣੀ ਵਿਆਕਰਨ ਦਾ ਹੈ ਹੋਂਦਾ ਨਹੀਂ ਸੀ ਉਸ ਟਾਈਮ ਦੇ ਮਨੋਕਲਪਿਤ ਮਨਘੜਤ ਅਰਥ ਕਰੀ ਜਾਂਦਾ ਸੀ 20-25 100 ਅਰਥ ਹੀ ਕਰੀ ਜਾਂਦੇ ਸੀ ਅੱਜ ਜਦਕਿ ਆਪਣੇ ਕੋਲ ਇੱਕ ਚੀਜ਼ ਗੁਰਬਾਣੀ ਵਿਆਕਰਨ ਹੈ ਅਤੇ ਉਸ ਮੁਤਾਬਕ ਜੇ ਅਰਥ ਨਹੀਂ ਹੋਣਗੇ ਤਾਂ ਉਹ ਸਭ ਤੋਂ ਵੱਡੀ ਕਸੌਟੀ ਉਹ ਆ ਹੁਣ ਇਸ ਕਰਕੇ ਜੇ ਜਿਵੇਂ ਆਪ ਜੀ ਕਹਿ ਰਹੇ ਹੋ ਸਭ ਤੋਂ ਪਹਿਲਾਂ ਇਹ ਮਸਲਾ ਹੱਲ ਕਰੀ ਨਾਮ ਸਿਮਰਨ ਦਾ ਨਹੀਂ ਨਾਮ ਸਿਮਰਨ ਨਾਲ ਸੰਬੰਧਿਤ ਮਸਲਾ ਕਰਾਮਾਤ ਦਾ ਮਸਲਾ ਹੈ ਜੇ ਤਾਂ ਰਹੇਗਾ ਮਸਲਾ ਇਸ ਵਿਸ਼ੇ ਨਾਲ ਹੀ ਸੰਬੰਧਿਤ ਫਿਰ ਤਾਂ ਅਲੱਗ ਗੱਲ ਹੈ ਪਰ ਮੈਂ ਤੁਹਾਨੂੰ ਦੱਸ ਦੇਵਾਂ ਇਹ ਨਾਮ ਸਿਮਰਨ ਦੇ ਮਸਲੇ 'ਤੇ ਬਹੁਤ ਲੋਕਾਂ ਨੇ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ ਹੋਏ ਨੇ ਅਤੇ ਉਹ ਵਿਚਾਰ ਕਦੀ ਕਿਸੇ ਦੇ ਉਹਦੇ ਕੰਟਰਾਡਿਕਟੀ ਆਵਾਜ਼ ਐਡੀ ਜ਼ੋਰਦਾਰ ਢੰਗ ਨਾਲ ਨਹੀਂ ਉਠਾਈ ਗਈ ਇਹ ਆਵਾਜ਼ ਇਸ ਗੱਲ ਨੂੰ ਵੀ ਲੈਣ ਦਾ ਕਾਰਨ ਜਿੱਥੋਂ ਤੱਕ ਮੈਂ ਮਹਿਸੂਸ ਕਰਦਾ ਮੈਂ ਇਹ ਨਹੀਂ ਕਿ ਮੈਂ 100% ਇਸੇ ਤਰ੍ਹਾਂ ਠੀਕ ਹਾਂ ਜਿਵੇਂ ਮੈਂ ਕਹਿ ਰਿਹਾ ਪਰ ਇਹ ਹੈ ਕਿ ਉਹ ਜਿਹੜੇ ਮਸਲੇ ਇੱਕ ਡੇਰਾਵਾਦ ਇੱਕ ਸਾਧਵਾਦ ਆਦਿਕ ਦੇ ਨਾਲ ਮੈਂ ਸੰਬੰਧ ਉਠਾਏ ਨੇ ਜਿਹੜੇ ਕਿ ਖਾਸ ਕਰਕੇ ਗੁਰਬਾਣੀ ਪਾਠ ਦਰਸ਼ਨ ਕਿਤਾਬ ਦੇ ਵਿੱਚ ਆਏ ਨੇ ਜਿਹੜੇ ਉਹ ਮੈਂ 400 ਪੁਆਇੰਟ ਉਠਾਏ ਨੇ ਉਹਨਾਂ ਦੇ ਕਾਰਨ ਵਾਲਾ ਪਿਆ ਫਿਰ ਉਹਨੂੰ ਬਾਈਪਾਸ ਕਰਨ ਵਾਸਤੇ ਹੋਰ ਨੁਕਤੇ ਉਠਾਏ ਜਾ ਰਹੇ ਨੇ ਮੇਰਾ ਕਹਿਣ ਦਾ ਮਤਲਬ ਇਹ ਇਹਨਾਂ ਤੋਂ ਪੁੱਛ ਕੇ ਅੱਗੇ ਤੇ ਬੋਲਣਾ ਜਿਸ ਕਿਸੇ ਨੇ ਜੀ ਹੱਥ ਖੜਾ ਕਰਨਾ ਮੈਂ ਸਾਰੇ ਸਾਧ ਸਿੰਘ ਨੂੰ ਬੇਨਤੀ ਕਰਦਾ ਜੇ ਤੁਹਾਨੂੰ ਮਨਜ਼ੂਰ ਆ ਤੁਸੀਂ ਦਾਸ ਦੇ ਘਰ ਆਏ ਹਾਂ ਅਸੀਂ ਐਜ਼ ਏ ਨਿਊਟਰਲ ਸਿੰਘ ਬੈਠੇ ਹਾਂ ਮੀਟਿੰਗ ਕਰਾਉਣ ਲਈ ਅਤੇ ਜੇ ਤੁਹਾਨੂੰ ਮਨਜ਼ੂਰ ਆ ਅਸੀਂ ਮੀਟਿੰਗ ਹੈਂਡਲ ਕਰਾਂਗੇ ਸਾਡਾ ਆਪਣਾ ਵਿਚਾਰ ਆ ਤੁਹਾਨੂੰ ਸਹਿਮਤ ਆ ਤੁਸੀਂ ਮੀਟਿੰਗ ਕਰ ਸਕਦੇ ਹਾਂ ਨਹੀਂ ਸਹਿਮਤ ਇਹ ਆਪਣੀ ਸੰਗਤ ਦੱਸ ਦੇ
बजुर्ग ने ਯਾਨੀ ਕਿ ਜੇ ਕੋਈ ਦਾਦਾ ਸੂ ਗੱਲ ਦੀ ਮੈਨੂੰ ਟੋਕ ਦਿਓ ਤਾਂ ਉਦਾਂ ਇਹ ਗੱਲ ਹੈ ਕਿ ਸਾਨੂੰ ਹੁਣ ਆਪਸ ਗੱਲ ਕਰੋ ਇਹ ਨਜਿੱਠ ਲਾਂਗੇ ਠੀਕ ਹੈ ਵੀ ਅਸੀਂ ਕੋਈ ਕੋਈ ਸਿੱਖੀ ਸਾਨੂੰ ਸਿਖਾਈ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਗੁਰੂ ਮੈਂ ਨਹੀਂ ਕਿਹਾ ਮੈਂ ਕਿਹਾ ਦੋ ਸਿੰਘ ਬੋਲਣਗੇ ਨਾ ਹੁਣੇ ਤਿੰਨ ਤਿੰਨ ਸਿੰਘਾਂ ਦੇ ਵਿੱਚ ਕੁਐਸਚਨ ਹੋ ਸ਼ੁਰੂ ਹੋ ਗਿਆ ਠੀਕ ਹੈ ਮੈਨੂੰ ਜਿਹਨੇ ਕਹਿਣਾ ਮੈਨੂੰ ਕਹਿਣਾ ਕੁਐਸਚਨ ਕਰ ਚੁੱਕੇ ਆ ਠੀਕ ਹੈ ਜੀ ਤੇ ਭਾਈ ਸਾਹਿਬ ਵੀ ਕੁਐਸਚਨ ਕਰ ਚੁੱਕੇ ਆ ਵੀਰ ਜੀ ਵੀ ਕੁਐਸਚਨ ਕਰ ਚੁੱਕੇ ਆ ਫਿਰ ਆਪਾਂ ਆਊਟ ਆਫ ਕੰਟਰੋਲ ਆ ਤੇ ਭਾਈ ਸਾਹਿਬ ਜੀ ਤੇ ਸੰਗਤ ਕਿਰਪਾ ਕਰੇ ਵੀ ਦੋ ਸਿੰਘ ਸਿਮਰਨ ਤੇ ਕਰਮਾਂ ਤੇ ਉੱਤੇ ਆਪਾਂ ਕਰ ਲਓ ਚਾਹੇ ਠੀਕ ਹੈ ਜੀ ਬਾਕੀ ਸਭ ਕਾ ਮੈਂ ਉੱਠਣਾ ਨਹੀਂ ਸੀ ਜਨਾਬ ਸਿੰਘ ਦੁਆਰੇ ਦੋ ਵਾਰੀ ਜੀ ਦੀ ਮੰਗ ਕਰ ਲਓ ਤੇ ਲਿਖ ਕੇ ਦੇ ਦਿਓ ਜੀ ਸਵਾਲ ਜਿਹੜਾ ਵੀ ਹੈ ਮੈਂ ਸ਼ੁਰੂ ਕਰਨ ਤੋਂ ਪਹਿਲਾਂ ਹੋਰ ਬਾਕੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਨਾ ਜਨਾਬ ਜੀ ਨੇ ਉਸ ਦਿਨ ਬੇਨਤੀ ਕੀਤੀ ਸੀ ਨਾ ਵੀ ਆਪ ਜੀ ਨੇ ਜੋ ਕੁਝ ਲਿਖਿਆ ਸਾਰਾ ਕੁਝ ਵੀ ਅਸੀਂ ਉਹਨਾਂ ਲੋਕਾਂ ਨੂੰ ਜਿਹੜੀ ਹੈ ਕਿ ਜੇ ਇੱਕ ਗੱਲ ਗਲਤ ਹੈ ਤਾਂ ਉਹ ਸਾਰਾ ਕੁਝ ਰਿਜੈਕਟ ਕਰ ਦਿਓ ਮੈਂ ਆਪ ਜੀ ਦੇ ਲਿਖ ਪੜ੍ਹੇ ਪਹਿਲਾਂ ਮੈਂ ਘੱਟ ਪੜ੍ਹੇ ਸੀਗੇ ਉਸ ਤੋਂ ਮਗਰੋਂ ਅਤੇ ਇੱਕ ਰਾਤ ਪਹਿਲਾਂ ਪੜ੍ਹੇ ਸੀ ਬਸ ਉਦੋਂ ਚਾਰ ਪੰਜ ਪੜ੍ਹੇ ਸੀਗੇ ਹੁਣ ਚਾਰ ਪੰਜ ਛੇ ਹੋਰ ਪੜ੍ਹ ਰਹੇ ਨੇ ਉਹਨਾਂ 'ਚ ਤੁਸੀਂ ਚੰਗਾ ਵੀ ਬਹੁਤ ਲਿਖਿਆ ਵਾ ਹੁਣ ਇੱਕ ਤੁਹਾਨੂੰ ਐਗਜ਼ਾਮਪਲ ਦੇ ਦਿੰਦੇ ਹਾਂ ਸਾਧ ਸੰਗਤ ਬੈਠੀ ਆ ਇੱਕ ਲੇਖ ਤੁਸੀਂ ਲਿਖਿਆ ਵਾ ਵੀ ਦੁਰਾਣਾ ਚਾਰਿਆਂ ਦਾ ਦੁਰਾਣਾ ਚਾਰਿਆਂ ਦਾ ਅਤੇ ਅਰਜੁਨ ਦਾ ਸੰਵਾਦ ਤੁਸੀਂ ਆਪਾਂ ਇੱਕ ਕਲਪਿਤ ਸੰਵਾਦ ਆ ਪਰ ਉਹ ਮੈਨੂੰ ਬਹੁਤ ਚੰਗਾ ਲੱਗਿਆ ਯਾਨੀ ਕਿ ਉਹ ਬੜਾ ਉਸਾਰੂ ਸੀਗਾ ਜੇ ਉਹੋ ਜਿਹੇ ਲੇਖ ਉਹੋ ਜਿਹੇ ਲੇਖ ਜਿਹਨਾਂ ਨੂੰ ਪੜ੍ਹ ਕੇ ਤੁਹਾਨੂੰ ਪਤਾ ਲੱਗਦਾ ਕਿ ਉਸ ਟਾਈਮ ਦੇ ਯੋਧੇ ਕੀ ਸੀਗੇ ਤੁਸੀਂ ਸਾਡੇ ਗੁਰੂ ਸਾਹਿਬ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਕਿਸ ਤਰੀਕੇ ਨਾਲ ਤੀਰ ਚਲਾਏ ਸੋ ਉਹ ਲੇਖ ਤੁਹਾਡਾ ਸ਼ਲਾਘਾ ਯੋਗ ਆ ਉਹ ਵੀ ਤੁਹਾਡੀ ਗੱਲਾਂ ਕਈ ਕਿਸੇ ਉਠਾਈਆਂ ਨੇ ਉਹ ਸ਼ਲਾਘਾ ਯੋਗ ਨੇ ਪਰ ਜੀ ਸਿੰਘ ਮੈਂ ਜੇ ਮੈਂ ਤਾਂ ਇਹ ਲੈ ਕੇ ਚੱਲ ਰਿਹਾ ਮੈਂ ਤੁਹਾਡੇ ਅੰਦਰ ਨੂੰ ਜਾਣਦਾ ਨਹੀਂ ਤੁਹਾਡੇ ਅੰਦਰ ਕੀ ਹੈ ਇਹ ਲੈ ਕੇ ਚੱਲਣਾ ਕਿ ਸਭ ਕੋਲ ਪੋਜ਼ਿਟਿਵ ਲੈ ਕੇ ਸੋ ਜੋ ਇਹ ਕਈ ਕਹਿੰਦੇ ਆਰ ਐਸ ਐਸ ਆ ਕੋਈ ਕਹਿੰਦਾ ਉਹ ਆਪਾਂ ਨੂੰ ਪਤਾ ਹੈਗਾ ਸੋ ਉਹ ਗੁਰੂ ਸਾਹਿਬ ਜਾਣਦੇ ਨੇ ਸੋ ਉਸ ਤਰ੍ਹਾਂ ਇਹਦਾ ਮਕਸਦ ਪੰਗ ਮੀਟਿੰਗ ਦਾ ਮੇਰੇ ਸਾਨੂੰ ਮਕਸਦ ਇਹੀ ਆ ਵੀ ਜਿਹੜੇ ਕਈਆਂ ਪੁਆਇੰਟਾਂ ਉੱਤੇ ਵੀ ਮਤ ਭੇਜ ਦਿਆ ਹੁਣ ਤੁਸੀਂ ਇਹ ਆਪਣੇ ਵੱਲੋਂ ਤੁਸੀਂ ਚੰਗੀ ਮਨਸ਼ਾ ਨਾਲ ਲੇਖ ਲਿਖੇ ਹੋਣਗੇ ਸੋ ਉਹ ਸੰਗਤ ਜਦੋਂ ਸਿਰ ਲੇਖ ਪਹੁੰਚੇ ਨੇ ਉਹ ਕਈ ਦਾ ਮਨ ਦੁਖਿਆ ਉਹਨਾਂ ਲੇਖਾਂ ਵਿੱਚੋਂ ਉਹਨਾਂ ਗੱਲਾਂ ਆਪਾਂ ਉਦਣ ਵੀ ਵਿਚਾਰ ਕੀਤੀ ਸੀਗੀ ਵੀ ਕਿਹਨਾਂ ਕਿਹਨਾਂ ਗੱਲਾਂ ਦਾ ਆਪਾਂ ਵੀ ਸੁਧਾਰ ਜੇ ਸੁਧਾਰ ਹੋ ਜਾਵੇ ਜੋ ਹੀ ਗੱਲ ਜਿਵੇਂ ਆਪਾਂ ਐਗਜ਼ਾਮਪਲ ਦਿੱਤੀ ਸੀ ਵੀ ਜੇ ਇੱਕ ਇੱਕ ਕਿਹਾ ਜਾਵੇ ਕਿ ਇਹ ਪਿਤਾ ਜੀ ਨੇ ਇੱਕ ਮਾਂ ਦਾ ਖਸਮ ਆ ਗੱਲ ਉਹੀ ਆ ਮਾਂ ਦਾ ਖਸਮ ਵੀ ਉਹਦਾ ਪਿਤਾ ਜੀ ਵੀ ਉਹੀ ਹੁੰਦੇ ਨੇ ਜੇ ਆਪਾਂ ਗੱਲ ਚੰਗੀ ਤਰੀਕੇ ਨਾਲ ਕਹਿ ਦਈਏ ਉਹ ਗੱਲ ਤੁਹਾਡੀ ਤੁਹਾਡਾ ਸੰਦੇਸ਼ ਸੰਗਤ ਨੇ ਜ਼ਿਆਦਾ ਪਹੁੰਚ ਸਕਦਾ ਸੋ ਉਸ ਗੱਲ ਨੂੰ ਮੁੱਖ ਰੱਖਦੇ ਹੋਇਆ ਵੀ ਆਪਾਂ ਜਿਵੇਂ ਉਸ ਤਰ੍ਹਾਂ ਆਪਾਂ ਵਿਚਾਰ ਕੀਤੀ ਸੀ ਨਾਮ ਸੁਣਨ ਦਾ ਆਪਣਾ ਟੋਪਿਕ ਚੱਲ ਰਿਹਾ ਸੀਗਾ ਵੀ ਉਹ ਹੀ ਆਪਾਂ ਕੁਛ ਕਿਸ ਨਤੀਜੇ 'ਚ ਪਹੁੰਚੀਏ ਨਾ ਕਿਸ ਹੱਦ ਤੱਕ ਕਿਸੇ ਲੈਵਲ 'ਤੇ ਪਹੁੰਚੀਏ ਅਤੇ ਉਹ ਬਹੁਤ ਵੱਡੀ ਪ੍ਰਾਪਤੀ ਹੋ ਗਈ ਜੇ ਆਪ ਜੀ ਸਹਿਮਤ ਹੋ ਸੰਗਤ ਸਹਿਮਤ ਸਹਿਮਤ ਤਾਂ ਆਪਾਂ ਹੁਣ ਇੱਕ ਵਿਚਾਰ ਹੋਰ ਕਰ ਲਈਏ ਵੀ ਇਹਦਾ ਤਰੀਕੇਕਾਰ ਕੀ ਹੋਊਗਾ ਗੱਲਬਾਤ ਕਰਨ ਦਾ ਵੀ ਜਿਸ ਤਰ੍ਹਾਂ ਜੇ ਮੈਂ ਹੁਣ ਬੋਲ ਰਿਹਾ ਵਿੱਚ ਤੁਸੀਂ ਗੱਲ ਕਹਿਣੀ ਆ ਤੇ ਕਿਸ ਤਰ੍ਹਾਂ ਕੀਤਾ ਜਾਵੇ ਸੰਗਤ ਸੁਝਾ ਦੇ ਨਾ ਤੁਸੀਂ ਸਵਾਲ ਕਰੋਗੇ ਫਰਜ਼ ਕਰੋ ਤੁਹਾਨੂੰ ਜਿਹੜੀ ਇਹਦੇ 'ਚ ਗੱਲ ਇਹੋ ਜਿਹੀ ਲੱਗੀ ਹੈ ਕਿ ਜਿਹੜੀ ਗੁਰਮਤਿ ਦੇ ਅਨੁਸਾਰ ਤੁਹਾਨੂੰ ਨਹੀਂ ਪ੍ਰਤੀਤ ਹੁੰਦੀ ਹਾਂਜੀ ਉਹ ਤੁਸੀਂ ਸਵਾਲ ਕਰ ਸਕਦੇ ਹੋ ਮੈਂ ਉਹਦਾ ਜਵਾਬ ਦੇਵਾਂਗਾ ਫਿਰ ਮੈਂ ਤੁਹਾਨੂੰ ਸਵਾਲ ਕਰਾਂਗਾ ਤੁਸੀਂ ਉਹਦਾ ਜਵਾਬ ਦਿਓਗੇ ਠੀਕ ਹੈ ਚਲੋ ਠੀਕ ਹਾਂਜੀ ਅਤੇ ਬੇਨਤੀ ਇੰਨੀ ਕਿ ਆਪਾਂ ਤੁਸੀਂ 6 ਮਹੀਨੇ ਇੱਥੇ ਹੈਗੇ ਹਾਂ ਹਾਂਜੀ ਵੀ ਜੇ ਆਪਾਂ ਸਿਮਰਨ ਦੀ ਵਿਚਾਰ ਕਰਨ ਤੋਂ ਬਾਅਦ ਹੀ ਵੀ ਦੁਬਾਰਾ ਫਿਰ ਵੀ ਬੈਠ ਸਕਦੇ ਹਾਂ ਅੱਗ ਜ਼ਰੂਰੀ ਨਹੀਂ ਕਿ ਆਪਾਂ ਇੱਕ ਵਾਰੀ ਬੈਠੇ ਨਾਲੇ ਜਿਵੇਂ ਅੱਜ ਹੋਇਆ ਵਾ ਬੇਤਵਾਰੀ ਸੰਗਤ ਸਿੰਘਾਂ 'ਚ ਹੋਈ ਆ ਸਭ ਕੁਛ ਹੋਇਆ ਵਾ ਉਹ ਬੜੀ ਮੰਦਭਾਗੀ ਗੱਲ ਆ ਵੀ ਸਾਡੇ ਜਿੰਨੇ ਸਿੰਘ ਸਾਡੇ ਨਾਲ ਆਏ ਨੇ ਨਾ ਮੈਂ ਤੁਹਾਨੂੰ ਆਸੇ ਪਾਸੇ ਦਵਾਉਣਾ ਕਿ ਹਿੰਸਾ ਸਾਰੇ ਸਿੰਘ ਪਹਿਲਾਂ ਬੇਨਤੀ ਕਰਦੀ ਹੈ ਵੀ ਜੇ ਕਿਸੇ ਸਿੰਘ ਨੇ ਵਿਚਾਰ ਦਿੱਤੇ ਨੇ ਉਹਦੇ ਜਵਾਬ ਵਿੱਚ ਹਿੰਸਾ ਕਰਨੀ ਇਹ ਠੀਕ ਸਾਨੂੰ ਲੱਗਦੀ ਨਹੀਂ ਖਾਸ ਕਰਕੇ ਸਿੰਘਾਂ ਨਾਲ ਨਹੀਂ ਲੱਗਦੀ ਠੀਕ ਆਪਣੇ ਇਤਿਹਾਸ 'ਤੇ ਸਾਨੂੰ ਆਹੀ ਪ੍ਰੇਰਣਾ ਮਿਲਦੀ ਆ ਵੀ ਸਿੰਘਾਂ ਦੇ ਹੱਥ ਚੱਕਣ ਦਾ ਕੰਮ ਹੀ ਠੀਕ ਨਹੀਂ ਹੈਗਾ ਸੋ ਇਸ ਕਰਕੇ ਆਹ ਵੀ ਵਿਸ਼ਵਾਸ ਪਾਸੋਂ ਦੂਜੀ ਗੱਲ ਇਹ ਕਹਿ ਦਈਏ ਕਿ ਅਸੀਂ ਇੱਥੇ ਕੋਈ ਜਿੱਤਣ ਹਾਰਨ ਨਹੀਂ ਆਏ ਮਕਸਦ ਕਈ ਰੀਤਾਂ ਲਾ ਹੋ ਜਾਂਦਾ ਵੀ ਆਪ ਵੀ ਕੋਈ ਚੈਂਪੀਅਨ ਕੋਈ ਇੱਦਾਂ ਜਿੱਤਣਾ ਕੋਈ ਬਹਿਸ ਹੋਣਾ ਮਤਲਬ ਇੱਥੇ ਆਹੀ ਕਿ ਆਪਾਂ ਗੁਰਮਤਿ ਵਿਚਾਰ ਕਰੀਏ ਅਸੀਂ ਇਹਨੇ ਜੇ ਤੁਸੀਂ ਸਾਨੂੰ ਯਕੀਨ ਦਿਵਾਉਣਗੇ ਨਾ ਅਸੀਂ ਤੁਹਾਡੇ ਨਾਲ ਸਹਿਮਤ ਹੋ ਜਾਵਾਂਗੇ ਕਿਉਂਕਿ ਅਸੀਂ ਸਾਡਾ ਮਤਲਬ ਆਣ ਕੇ ਅਸੀਂ ਬਸ ਵੀ ਬਹਿਸ ਜਿੱਤਣੀ ਆ ਸਾਡਾ ਇੱਦਾਂ ਕੋਈ ਮਕਸਦ ਨਹੀਂ ਹੈਗਾ ਜਿੱਥੇ ਤੁਸੀਂ ਸਹੀ ਉੱਥੇ ਤੁਸੀਂ ਅਸੀਂ ਮੰਨਾਂਗੇ ਜਿੱਥੇ ਆਹ ਵੀ ਸਾਨੂੰ ਵੀ ਬੇਨਤੀ ਹੈ ਜਿੱਥੇ ਤੁਹਾਨੂੰ ਲੱਗੇ ਕਿ ਇਹ ਗੱਲ ਪਾਉਣ ਠੀਕ ਹੈ ਗੁਰਬਾਣੀ ਵਿਆਕਰਨ ਦੇ ਸਾਹਮਣੇ ਹੋਰ ਕਿਸੇ ਚੀਜ਼ ਨਾਲ ਕਿਉਂਕਿ ਜੇ ਪਾਉਣ ਸਹੀ ਲੱਗੇ ਤਾਂ ਆਪ ਜੀ ਨੂੰ ਵੀ ਬੇਨਤੀ ਹੈ ਤੁਸੀਂ ਵੀ ਉਹ ਗੱਲ ਨੂੰ ਵੀ ਜੇ ਮੰਨੋ ਸਵੀਕਾਰ ਕਰੂੰਗਾ ਜ਼ਰੂਰ ਠੀਕ ਹੈ ਜੀ ਅਤੇ ਬੇਨਤੀ ਇੱਦਾਂ ਕਿ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਜੋ ਆਪਣੀ ਪਿਛਲੀ ਮੀਟਿੰਗ ਹੋਈ ਸੀਗੀ ਉਹਦਾ ਥੋੜ੍ਹਾ ਜਿਹਾ ਰੈਪ ਅਪ ਕਰ ਲਈਏ ਹਾਂਜੀ ਉਹਦੇ 'ਚ ਆਪ ਜੀ ਨੂੰ ਆਪ ਜੀ ਬਾਰੇ ਜਿਹੜੀ ਸ਼ਬਦਾਵਲੀ ਵਰਤੀ ਗਈ ਸੀਗੀ
कई लिखा में या आप जी ने क्या सरफाई रही लगाई सगिया बी किसी घटना बारे वो जो घटना सी गुरु अर्जन साहब की शहीदी वो आप जी ने जिस तरह लिखा सगा आत्मा बलवान होनी महानता है। गुरु साहब की महानता यही सी कि उन्हां दी आत्मा बहुत बलवान सी। शरीर जिहड़ा पैदा होया वह भावें गुरु साहबान दा भगत साहबान दा गुरबाणी आप ही करी है कि उन्हें धरती उत्ते रहना कोई नहीं, उन्हें जाने ही जाने। तो जे इस तरह किसी नाम सिमरन की शक्ति दे नाल गुरु साहबान बारे तुसीं कहने कोई उन्होंने बेहोशी नहीं आ सकती, उन्होंने आत्मा बड़ी बलवान सी। तां छोटी छोटी उम्र दे विच जिवें सतवें पातशाह 31 साल की उम्र ज्योति जोत समा गई, उन्हां दी बीमारी दा किते कोई जिक्र नहीं है। क्यों होया किवें होया यह वखरियां गल्लां ने। अठवें पातशाह केवल 8.5-9 साल की उम्र के ज्योति जोत समा गए, जदों के ये गुरु साहबान जे 70-80 साल तक जीवित रहेंदे तो पंथ का मनुखता का बेअंत भला कर सकते सी। ते इस तरह इन्हां गल्लां दा फिर असी की करिए कि गुरु साहबान ते वह जिहड़ियां दुनियावी लोगों ते बीमारियां आईयां ने जां घटनावां वापरियां ने वह भी गुरु साहबान ते शरीरक तौर पर सारी दुनिया से वापरदियां ने, उन्होंने मोड़िया नहीं जा सकता है। ये जिहड़ा आपां इत्थे थोड़ी जी नाराजगी हुई है शब्दावली च फर्क हो सकता है, पर जिहड़ी शरीरक क्रिया साडी सारयां दी भुख प्यास नींद आदि के सारी साडी क्रिया इको जी है। हाँ मानसिक तौर पर मैं सदा मानदा कि गुरु साहबान साढ़े नालों लखां करोड़ां दर्जे वह बलवान सन ज्ञानवान सन उच्चे सन, इह कोई शक है नहीं। पहली बेनती आप जी ने यह है कि जो आप जी ने आत्मा बलवान होने की गल की है, जो आप गुरबाणी को घोखीए आत्मा हरेक दिको ही होंगी, ना बुढ़ा ना बाला ना यदा ना अंत ना कोई आद आ। सो जो आत्मा को बलवान कहने की गल है ये गल गुरु साहब ठीक नहीं लगती। मन बलवान या घट या होंगे घट बलवान होंगी। सारी गुरबाणी च दिमाग शब्द नहीं वरत्या है, यदा मतलब अजय आप दिमाग वरते हैं शब्द के साथ दिमाग इतने हैगा, यदा दिमाग जो नहीं वरत्या तो मैं दिमाग नहीं होंगे। यद मतलब जो शब्दावली धार्मिक तौर पर उदों प्रचलित सी उदों आत्मा और मन ही प्रचलित सी, दिमाग शब्द गुरबाणी सारी च नहीं आया। तो उदों तो लोग दिमाग का जिहड़ा सिंबल है ये दिल में वरते कि फलाने चल मेरे दिल चो ऐं सोचिए, हालांकि दिल सोचता नहीं है सोचता दिमाग है। ये समय समय के अनुसार धार्मिक शब्दावली विकास करती है, जिमें जिमें विकास करती करती पहुँचती है असं वो अनुसार सोचने के आदि हो जाने। सो गुरु साहब के जमाने केवल आत्मा अते मन गल कहन दा एक ढंग सी, ते ओ बलवान दा मतलब मेरा ज्ञानवान अते निडर होना। ओ बेनती करदे हां आप जी नूं कि आत्मा नहीं बलवान हुंदी मन बलवान हुंदा, आत्मा दे दो चीजां वखरियां ने हैगे वीर जी पठी ने। गुरबाणी जी सिद्ध करो ना गुरबाणी लिखे ना बुढ़ा ना बाला किहनूं कहा उत्थे? ओ वीर जी मैनूं पता है इस गल दा, हां इस गल दे ना ए जिहड़ा जे इन्ने इक इक नुक्ते चले जावां ना टाइम बहुत लगी जाऊगा। आप ओदा आप जी नूं बेनती करदे जे कहना ते मन नूं कहना चाहीदा आत्मा इक्को ही रहिंदी इक रस रहिंदी है, आत्मा वधदी घटदी नहीं। अच्छा मन भी वादा करता है। दूजी गल शरीर बिनशन की गल है, दास ने शरीर बिनशन के बारे कोई इतराज नहीं किया, शरीर ने तो बिनशना ही है ना पहले ना हूं इतराज है कदम। इतराज इस गल का सगा कि तुम शरीर में जो हम क्रिया शरीर ने वापरिया वह गुरु साहब का ही असर पहुंचा, क्योंकि जे आप गुरु साहब शरीर नहीं सके ना ही आप शरीर हैं, आप शरीर में रहने वाली एक एनटिटी एक एक चीज जी जो अंदर रेंगे वो हैं। तो जो शरीर ना वापरता गुरु साहब को यह शक्ति सी कि गुरु साहब अपने शरीर तो शरीर के असर अपने ना कबूल दे, गुरु साहब कुछ बखर बरकत सी। जे गुरु साहब इउं करन ओ तकलीफ